ਆਹ ਜਿਹੜੀ ਜੋੜੀ ਇੱਧਰ ਇੱਕ ਤੀਹ ਦੀ ਜੋੜੀ, ਇਹਨਾਂ ਦੋਵਾਂ 'ਚ ਕਿੰਨਾ ਗੋਸ਼ਤ ਨਿਕਲਿਆ? ਜੋੜੀ ਤਾਂ ਮਾਸ਼ਾਅੱਲਾ ਚੰਗੀ, ਦੋ ਮਣ ਗੋਸ਼ਤ। ਮਿੱਠੂ ਦੇ ਕੰਮ ਦੇਖ ਲਓ, ਇਹਨੂੰ ਕਿੰਨਾ ਕੁਛ ਪਾਇਆ ਹੋਇਆ ਵਾ, ਮਟਰ, ਅਮਰੂਦ, ਹਰੀ ਮਿਰਚ, ਤਾਰ, ਰੋਟੀ, ਟਮਾਟਰ। ਮੈਂ ਤਾਂ ਕਿਹਾ ਖਾਂਦਾ ਨਹੀਂ ਗਾ, ਪਰ ਉਹ ਹੁਣ ਜਿੱਡਾ ਕੁ ਉਹਦਾ ਮੇਦਾ ਵਾ, ਉਹਨੇ ਉਨਾ ਕੀ ਖਾਣਾ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਰਾਤੀ ਚੰਗੀ ਹਨੇਰੀ ਅਤੇ ਬਾਰਿਸ਼ ਆਈ, ਮੌਸਮ ਅੱਜ ਵੀ ਬੜਾ ਪਿਆਰਾ ਹੋਇਆ, ਪਰ ਹੁਣ ਮੰਡੀ ਜਾਣਾ ਵਾ। ਨਹਾ ਧੋ ਕੇ ਤਿਆਰ ਹੋ ਕੇ ਬਾਹਰ ਆ ਗਿਆ, ਭਾਈ ਸ਼ਬੀਰ ਆ ਰਹੇ, ਬਸ ਉਹਨੇ ਗੱਡੀ ਕੱਢਣੀ ਅਤੇ ਅਸੀਂ ਨਿਕਲ ਜਾਣਾ। ਫਾਈਨਲੀ ਜੀ ਮੰਡੀ ਅਸੀਂ ਆ ਗਏ ਹਾਂ, ਅਤੇ ਉਹ ਪਿੱਛੇ ਬੈਠੇ ਸਾਰੇ ਹੁਣੇ ਸਾਰੇ ਜਣੇ, ਅਤੇ ਮੈਂ ਉੱਠ ਕੇ ਆ ਗਿਆ ਜਲਦੀ ਜਲਦੀ ਇੱਧਰ ਨੂੰ, ਕਿਉਂਕਿ ਮਿੱਟੀ ਦੀ ਟਰਾਲੀ ਮੰਗਾਈ ਆ ਰਸਤੇ, ਹੁਣ ਸਾਫ਼ ਕਰਾਉਣੇ ਆ। ਹੁਣ ਹੌਲੀ ਹੌਲੀ ਮਿੱਟੀ ਕਿੰਨੀ ਕੁ ਸਟਾਉਣੀ ਪਵੇ ਇਹਨਾਂ ਨੇ? 50 ਕੁ ਟਰਾਲੀਆਂ ਮਿੱਟੀ ਦੀਆਂ ਸਟਾਉਣੀਆਂ, ਸਾਰੀਆਂ ਇਸ ਚੋਰੀ ਨੇ ਸਟਾਉਣੀਆਂ। ਰਸਤਾ ਸਾਫ਼ ਕਰਾਉਣਾ, ਕਲੀਅਰ ਮੁੜ ਕੇ ਵਾੜਿਆਂ ਦੇ ਵਿੱਚ ਵਾੜੇ ਉੱਚੇ ਕਰਾਉਣੇ ਆ। ਆਹ ਦੇਖੋ ਮੇਰਾ, ਰਾਤੀ ਬਾਰਿਸ਼ ਹੋਈ, ਕਿੱਚੜ ਹੋ ਗਿਆ, ਰਸਤੇ 'ਚ ਸਟਾਉਣੀਆਂ ਸਾਰੀਆਂ, ਮੁੜ ਕੇ ਵਾੜਿਆਂ 'ਚ ਵਾੜੇ ਉੱਚੇ ਕਰਾਉਣਗੇ, ਰਸਤੇ ਸਾਫ਼ ਹੋਣਗੇ। ਲੇ ਲਿਆ ਤਾਂ ਜਿੱਡੇ ਕੱਦ ਆ ਵਿਕਣੇ ਚਾਹੀਦੇ, ਲੇ ਲੇ ਕੱਦਾਂ ਨਾ ਵਿਕਦੇ ਹੁੰਦੇ ਕਹਿੰਦੇ, ਜਦੋਂ ਵਿਕਦਾ ਸੀ ਉਦੋਂ 2000 ਨੀ ਘੱਟ ਕੀਤਾ, ਵਿਕ ਜਾਂਦਾ। ਤੂੰ 58 ਕਰ ਲੈਂਦਾ, ਤੇਰੇ ਵਿੱਚ 7000 ਤੂੰ ਵੀ ਲੇਲਾ ਨੇ ਵੇਚਦਾ, ਤੂੰ ਵੀ ਕਹਿੰਦੀ ਇੱਕ ਵਾਰੀ ਕੋਠੀ ਪਾ ਲਵੇਂ ਅਸੀਂ ਲੇਲੇ 'ਚ, 7000 ਨਾ ਵੇਚਦਾ। ਹਲੇ ਲੇਲਾ ਉਹੀ ਚੰਗਾ, ਲੇਲਾ ਉਹੀ ਚੰਗਾ, ਫਿਰ ਕਿਉਂ ਨਹੀਂ? ਉਹ 'ਚ ਬੜੇ ਗੋਸ਼ ਸੀ, 13000 ਰੁਪਏ ਨਾ ਵੇਚਦਾ ਜੀ। ਲੇਲਾ ਉਹ ਭਾਰਾ ਸੀ, ਕਾਫੀ ਫਰਕ ਸੀ, ਲੇਲਾ ਬੜਾ ਸੋਹਣਾ ਸੀ, ਗੋਲ ਮਟੋਲ ਵੀ ਬੜਾ, ਪਰ ਜਿਹੜਾ ਆਹ ਵੇਚਣਾ ਚਾਹੁੰਦੇ ਸੀ। ਤੂੰ ਇਹ ਵੇਚਦਾ ਸੀ, ਮੈਂ ਉਹ ਵੇਚਦਾ ਸੀ, ਬਸ ਮੁਕੱਦਰ ਉਹਦੇ ਚੰਗੇ ਸੀ। ਇਹ ਗੱਲਾਂ 2000 ਘਟਾਉਂਦਾ ਨਾ, ਫਿਰ ਉਹਨਾਂ ਨੂੰ ਲੈ ਕੇ ਪੈਣੀ ਸੀ। ਆਹ ਬੰਦਾ ਵਾਕਈ ਨਹੀਂ ਲੱਚਾ ਖਾਂਦਾ, ਜਿਹੜਾ ਚੋਰੀ ਹੈ ਨਾ, ਇਹ ਨਹੀਂ ਉਹ ਲੱਚਾ ਖਾਂਦਾ ਹੈ। ਅੱਛਾ ਵੀਡੀਓ 'ਚ ਤੇਰਾ ਨੰਬਰ ਦੇ ਦਾ, 1200 ਦੇ ਕਿਲੋ ਦੇ ਹਿਸਾਬ ਨਾਲ, ਪੱਕੀ ਗੱਲ ਆ, ਵੇਖ ਲਈ ਮੈਂ ਦੇ ਦੇਣਾ ਜੀ। ਲਓ ਜੀ, ਬੰਦਾ ਕਹਿੰਦਾ ਮੇਰਾ ਨੰਬਰ ਦੇ ਦੇ ਵੀਡੀਓ 'ਚ, 1200 ਕਿਲੋ ਦੇ ਹਿਸਾਬ ਨਾਲ ਛਤਰੇ ਵੇਚਾਂਗਾ, ਕਹਿੰਦਾ ਮੈਂ ਆਪਣੇ ਸਾਰੇ ਹੀ ਕਜਲੇ ਅਤੇ ਵੱਡੇ ਛਤਰੇ। ਰੁਕ ਬਈ, ਆਹ ਦੇਖੋ ਇਹ ਜਾਇਦ ਮੁਨਾਸਬ ਛਤਰੇ ਦਾ 50000 ਰੁਪਇਆ ਛਤਰੇ ਦਾ ਜੀ, ਜਾਇਦ ਮੁਨਾਸਬ। ਤਕਰੀਬਨ 35 ਕਿਲੋ ਗੋਸ਼ਤ ਹੈ ਇਸ ਦੇ ਵਿੱਚ, ਤਕਰੀਬਨ 35 ਕਿਲੋ ਗੋਸ਼ਤ। ਅੱਛਾ ਜੀ, ਆਹ ਜਿਹੜੀ ਜੋੜੀ ਇੱਧਰ, ਇੱਕ ਤੀਹ ਦੀ ਜੋੜੀ, ਇਹਨਾਂ ਦੋਵਾਂ 'ਚ ਕਿੰਨਾ ਗੋਸ਼ਤ ਨਿਕਲਿਆ? ਜੋੜੀ ਤਾਂ ਮਾਸ਼ਾਅੱਲਾ ਚੰਗੀ, ਦੋ ਮਣ ਗੋਸ਼ਤ। ਨਾ ਤੇਰਾ ਮੈਂ ਨੰਬਰ ਦੇ ਦੇਣਾ, ਕੀ ਯਾਦ ਕਰੂੰ? ਹਫ਼ਤਾ ਸੀਗਾ ਅੱਜ, ਮੰਡੀ ਦਾ ਦੇਣ ਸੀਗਾ, ਲੰਡਾ ਲੱਗਾ ਸੀ ਪਿੱਛੇ, ਪਰ ਅਸੀਂ ਉੱਥੇ ਗਏ ਨਹੀਂ ਕਿਉਂਕਿ ਕੰਮ ਸੀਗੇ ਕੁਛ ਹੋਰ ਹੀ। ਉੱਥੇ ਬੰਦੇ ਕੋ ਆਏ ਸੀਗੇ ਪਸ਼ਬੀਰ, ਉਹਨਾਂ ਨੇ ਉਹਨਾਂ ਨੂੰ ਮਿਲਣਾ ਸੀਗਾ ਉੱਥੋਂ। ਹੁਣ ਉੱਠ ਕੇ ਆਏ ਹਾਂ, ਦਫ਼ਤਰ ਚੱਲੇ ਹਾਂ, ਥੋੜ੍ਹੀ ਦੇਰ ਇੱਥੇ ਪੱਖੇ ਥੱਲੇ ਬਹਾਂਗੇ, ਆਰਾਮ ਸ਼ਾਮ ਕਰਾਂਗੇ। ਉੱਦਾਂ ਤਾਂ ਆਹ ਮੰਡੀ ਉਹ ਸਾਹਮਣੇ ਲੱਗਦੀ ਆ, ਪਰ ਹੁਣ ਖਾਲੀ ਹੋ ਗਈ, ਆਵਾਮ ਚਲੇ ਚੁਲੇ ਗਈ ਆ, ਆ ਢਾਬੇ ਢੂਬੇ ਹੀ ਰਹਿ ਗਏ ਨੇ ਬਸ। ਸ਼ਾਮ ਦੇ ਵੱਜ ਗਏ ਆ 5, ਮੂੰਹ ਹੱਥ ਧੋ ਲਿਆ ਮੈਂ ਅਤੇ ਪਸ਼ਬੀਰ ਨੇ, ਦਫ਼ਤਰ ਨੂੰ ਮਾਰਤਾ ਤਾਲਾ, ਹੁਣ ਅਸੀਂ ਚੱਲੇ ਹਾਂ ਘਰ। ਤਾਂ ਚੱਲ ਗਿਆ ਆਪਣੇ ਕੋਲ ਪ੍ਰੇਮਿਆਂ ਦਾ ਹਾਲ ਚਾਲ ਪੁੱਛ ਲਈਏ। ਕਰਨ ਨੂੰ ਤਾਂ ਕੁਛ ਨਹੀਂ ਸੀਗਾ, ਦਫ਼ਤਰ 'ਚ ਸੁੱਤੇ ਸੀ, ਦਫ਼ਤਰ 'ਚ ਆਰਾਮ ਨਾਲ ਸੁੱਤੇ ਸੀਗੇ। ਸੁਬਹਾ ਕੋਈ 10 ਮਿੰਟ ਗੱਪਸ਼ਾਪ ਮਾਰੀ ਆ ਕੇ ਬਹਿ ਗਏ ਇੱਥੇ, ਉਸ ਤੋਂ ਬਾਅਦ ਵਿਹਲੇ ਹੋ ਕੇ ਜਾ ਕੇ ਦਫ਼ਤਰ 'ਚ ਬਹਿ ਗਏ।
ਆਹ ਚੈੱਕ ਕਰੋ ਕਿੰਨਾ ਮਾਲ ਆ। ਇਹ ਸਾਰਾ ਚਾਚਾ ਆ ਤਿਆਰ ਕਰਨ ਦਿਆ ਜਿਹਾ, ਸਾਰਾ ਦੇਖਣ ਦੇ ਜਿੱਧਰ ਵੀ ਧਿਆਨ ਮਾਰੋਗੇ। ਇਹ ਚਾਚੇ ਆਬਤ ਹਜੇ ਸਿਰਫ ਟੁੱਚ ਮੁਰੰਮਤ ਹੋਣ ਦੇ ਹੀ ਹੈ, ਇਸ ਤੋਂ ਬਾਅਦ ਫਿਰ ਨਵੇਂ ਜਿਹੜੇ ਬਣਨੇ ਉਹ ਵੱਖਰੇ। ਆਹ ਇੱਕ ਬੰਦਾ ਚਾਚਾ ਆਬਤ ਲੱਗਾ ਜੀ, ਉਹ ਚਾਚਾ ਮੈਂ ਦੱਸਣ ਦਿਆ ਚਾਚੇ ਦੀ ਹਿੰਮਤ, ਇਹ ਚਾਚੇ ਦੀ ਹਿੰਮਤ ਲੱਗਾ ਵਾ। ਚਾਚਾ ਮੈਨੂੰ ਕਹਿੰਦਾ, ਚਾਚਾ ਕਹਿੰਦਾ ਤੂੰ ਦੇ ਅੰਦਰ ਸੁਤਾ ਰਿਹਾ ਦੌੜੀ ਅੱਜ ਗਈ ਹੁੰਦੀ ਨਾ, ਤੈਨੂੰ ਪਤਾ ਹੁੰਦਾ। ਬੜਾ ਮਿਹਨਤ ਵਾਲਾ ਕੰਮ, ਬਹੁਤ ਮਿਹਨਤ ਵਾਲਾ ਕੰਮ। ਅਜੇ ਤੇ ਆਹ ਸਿੱਧੇ ਪੱਧਰੇ ਨਹੀਂ ਹੋਏ, ਇਸ ਤੋਂ ਬਾਅਦ ਇਹ ਨਵੇਂ ਬਣਨੇ ਆ। ਮੰਡੀਓਂ ਅਸੀਂ ਨਿਕਲਣਾ, ਹਬਤ ਨੇ ਦਿੱਤਾ ਸੀਗਾ ਆਪਣਾ ਤਾਰ ਲੈਣੀ ਸੀਗੀ, ਇੱਕ ਵਾਰ ਤਾਰ ਲਈ ਆ, 20 ਕਿਲੋ ਕਿੱਲ ਲੈਣੇ ਆ, ਬਸ ਇੱਥੋਂ ਲੈ ਕੇ ਤਾਂ ਨਿਕਲ ਜਾਣਾ ਹੁਣ। ਅਸੀਂ ਤਾਰ ਲੈ ਲਈ ਆ, ਇੱਕ ਮਾਣ ਕਿੱਲ ਨਹੀਂ ਲੱਭੇ, ਇੱਥੋਂ ਕਿੱਲ ਪਰਤ ਕੇ ਦੂਸਰੀ ਸਾਈਡ 'ਤੇ ਜਾਣਾ ਪੈਣਾ ਉੱਧਰ ਰੋਡੋ ਕ੍ਰਾਸ ਕਰਕੇ ਨਾ, ਅਤੇ ਹੁਣ ਗੱਡੀ ਅੱਗੇ ਯੂ ਟਰਨ ਤੋਂ ਮੋੜ ਕੇ ਲਿਆਵਾਂਗੇ, ਇਸ ਤੋਂ ਬਾਅਦ ਫਿਰ ਅਸੀਂ ਚੱਲਣਾ ਘਰ, ਹੁਣ ਰੱਖ ਲਵਾਂਗੇ ਨਾ ਕੋਲ ਹੀ, ਫਿਰ ਸੁਬਹਾ ਲੈ ਕੇ ਜਾਵਾਂਗੇ ਮੰਡੀ। ਫਾਈਨਲੀ ਜੀ ਘਰ ਪਹੁੰਚ ਆਇਆ ਵਾ, ਥੱਕ ਬੜਾ ਗਿਆ ਸੀਗਾ ਆ ਕੇ, ਮੈਂ ਕਿਹਾ ਹੁਣ ਥੋੜ੍ਹੀ ਦੇਰ ਆਰਾਮ ਕਰ ਲਈਏ। ਤੋਤਿਆਂ ਦਾ ਹਾਲ ਚਾਲ ਮੈਂ ਪੁੱਛਿਆ ਠੀਕ ਆ, ਬਾਕੀ ਖੁਦ ਜਾ ਕੇ ਪੁੱਛ ਲੈਂਦੇ ਉਹਨਾਂ ਦਾ। ਹੁਣ ਖਾਣਾ ਪਾਣੀ ਉਹਨਾਂ ਨੂੰ ਪਾਉਣਾ ਵਾ, ਆਪਣਾ ਬਰਤਨ ਸ਼ਰਤਨ ਵੀ ਉਹਨਾਂ ਦੇ ਧੋਣ ਵਾਲੇ ਆ, ਪਾਣੀ ਵਾਲਾ ਜਿਹੜਾ ਉਹਨਾਂ ਦਾ ਭਾਂਡਾ ਹੁੰਦਾ ਉਹਦੇ ਵਿੱਚ ਪਤਾ ਨਹੀਂ ਕੀ ਜਿੱਦਾਂ ਅੰਦਰ ਉਰਲੀ ਜੀ ਹੁੰਦੀ, ਉਹ ਜਦੋਂ ਉਹਨੂੰ ਮੈਂ ਧੋਂਦਾ ਚਿਪ ਚਿਪ ਜੇ ਕਰ ਰਹੇ ਹੁੰਦੇ ਆ, ਉਹ ਵੀ ਧੋ ਕੇ ਅਤੇ ਫਿਰ ਉਹਨਾਂ ਨੂੰ ਪਾਣੀ ਵੀ ਚੇਂਜ ਕਰਦਾ। ਘਰਦਿਆਂ ਨੂੰ ਮੈਂ ਅੱਜ ਕਹਿ ਕੇ ਗਿਆ ਸੀਗਾ ਕਿ ਭਾਈ ਤੋਤੇ ਬਾਹਰ ਨਾ ਕੱਢਿਓ, ਇਹ ਜਿੱਥੇ ਆਇਆ ਉਹਨਾਂ ਨੂੰ ਇੱਥੇ ਬੈਠਕ 'ਚ ਹੀ ਰਹਿਣ ਦਿਓ। ਅੱਜ ਫਿਰ ਇਹ ਬੈਠਕ 'ਚ ਸੀਗੇ ਸਾਰੀ ਦਿਹਾੜੀ, ਚੈੱਕ ਕਰੋ ਚੋਰ ਨੇ ਗੰਦ ਕਿੰਨਾ ਪਾਇਆ, ਇਹਦੇ ਕੰਮ ਚੈੱਕ ਕਰੋ। ਮੀਆਂ ਮਿੱਟੋ ਜ਼ਾਲਿਮ, ਓਏ ਜ਼ਾਲਿਮ ਜ਼ਾਲਿਮ, ਓਏ ਅਮਰੂਦ ਵੀ ਨਹੀਂ ਖਾਧਾ, ਮਟਰ ਵੀ ਨਹੀਂ, ਤਾਰ ਵੀ ਨਹੀਂ ਖਾਧੀ, ਟਮਾਟਰ ਵੀ ਪਿਆ, ਰੋਟੀ ਵੀ ਪਈ, ਉਹ ਤੂੰ ਅੱਜ ਕੀਤਾ ਕੀ ਆ, ਅੱਜ ਫੁੱਲ ਨਾਰਾਜ਼ਗੀ ਨਖਰੇ। ਆਹ ਠੀਕ ਨੇ ਭਾਈ, ਅਗਲੇ ਹਰ ਸ਼ੈ ਖਾਂਦੇ ਪੀਂਦੇ, ਜਿਹੜੀ ਮਰਜ਼ੀ ਪਾ ਦਿਓ, ਤਾਰ ਪਾਈ ਸੀਗੀ ਉਹ ਵੀ ਖਾਧੀ ਆ, ਆਹ ਦਾਣਾ ਵੀ ਖਾਂਦੇ ਆ। ਇਹਨੇ ਤਾਰ ਨੂੰ ਮਾਰਿਆ ਮੂੰਹ, ਅਮਰੂਦ ਨੂੰ ਸਿਰਫ ਇੱਕ ਅੱਧਾ ਮੂੰਹ ਮਾਰਿਆ, ਟਮਾਟਰ ਕੱਲ੍ਹ ਦਾ ਪਿਆ ਅਤੇ ਇਹਦੇ ਕੋਲ ਹਾਲੇ ਤੱਕ ਨਹੀਂ ਮੁੱਕਿਆ ਹੈ। ਮਟਰ ਮੈਂ ਅੱਜ ਜਾਣ ਲੱਗਿਆ ਮੰਡੀ ਪਾ ਕੇ ਗਿਆ ਸੀ, ਜਦੋਂ ਮੈਂ ਮੰਡੀ ਗਿਆ ਨਾ ਉਦੋਂ ਜਾਣ ਲੱਗਾ ਮੈਂ, ਮਟਰ ਸੁੱਟ ਕੇ ਗਿਆ ਸੀ ਇਹਦੇ ਵਿੱਚ। ਮੀਆਂ ਮਿੱਟੋ ਹੈਲੋ, ਆਹ ਤਿੰਨ, ਇਹ ਤਿੰਨ ਹੀ ਰਹਿੰਦੀਆਂ, ਚੌਥੀ ਨੇ ਤਾਂ ਕਸਮ ਖਾਧੀ ਕਿ ਮੈਂ ਅੰਦਰ ਹੀ ਰਹਿਣਾ, ਉਹਦੀ ਚੌਥੀ ਆ ਨਾ ਉਹਦੀ ਵਿਚਾਰੀ ਦੀ ਚੁੰਝ ਖਰਾਬ ਆ, ਮੈਂ ਤੁਹਾਨੂੰ ਦੱਸਿਆ ਸੀ ਨਾ ਉਹ ਅੰਦਰ ਹੀ ਰਹਿੰਦੀ, ਬਾਹਰ ਘੱਟ ਹੀ ਨਿਕਲਦੀ ਆ। ਮੀਆਂ ਮਿੱਟੂ, ਹਾਏ ਮੀਆਂ ਮਿੱਟੂ, ਮੀਆਂ ਮਿੱਟੂ ਪਾਣੀ ਦੇ ਇਹਨਾਂ ਦੇ ਭਰੇ ਨੇ ਕੁੱਜੇ, ਪਰ ਉਹ ਮੈਨੂੰ ਆਹ ਸਾਫ਼ ਲੱਗਣ ਦਿਆ ਵਾ, ਆਹ ਗੰਦਾ ਗੰਦਾ ਲੱਗਣ ਦਿਆ, ਇਹਦਾ ਤੋਤੇ ਦਾ ਸਾਫ਼ ਕਰਕੇ ਭਰ ਦਿੰਦਾ ਦੁਬਾਰਾ। ਮੀਆਂ ਮਿੱਟੂ ਜ਼ਾਲਿਮ ਜ਼ਾਲਿਮ, ਇਹਦਾ ਮੈਂ ਪਿੰਜਰਾ ਖੋਲਿਆ ਅਤੇ ਇਹਨੇ ਟੈਂ 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 ਕਰਨ ਲੱਗ ਪੈਣਾ, ਡਰਨ ਲੱਗ ਪੈਂਦਾ, ਫੋਰੀ ਫੋਰੀ ਡਰਦਾ। ਮਿੱਠੂ ਦੇ ਕੰਮ ਦੇਖ ਲਓ, ਇਹਨੂੰ ਕਿੰਨਾ ਕੁਛ ਪਾਇਆ ਹੋਇਆ ਵਾ, ਮਟਰ ਅਮਰੂਦ ਹਰੀ ਮਿਰਚ ਤਾਰ ਰੋਟੀ ਟਮਾਟਰ। ਮੈਂ ਤਾਂ ਕਿਹਾ ਖਾਂਦਾ ਨਹੀਂ ਗਾ, ਪਰ ਉਹ ਹੁਣ ਜਿੱਡਾ ਕੁ ਉਹਦਾ ਮੇਦਾ ਵਾ ਉਹਨੇ ਉਨਾ ਕੁ ਖਾਣਾ, ਹਰ ਹਰ ਸ਼ਹਿਰ ਦੇ ਵਿੱਚ ਉਹਨੇ ਟੁੱਕ ਪੁੱਕ ਥੋੜ੍ਹੀ ਥੋੜ੍ਹੀ ਕੀਤੀ ਹੋਣੀ ਆ, ਕਿੰਨਾ ਕੁ ਖਾ ਸਕਦਾ ਆ ਜਾ ਕੇ, ਨਿਗਾ ਜਿਹਾ ਅਤੇ ਉਹਦਾ ਮੂੰਹ ਆ, ਨਿਗਾ ਜਿਹਾ ਅਤੇ ਮੇਦਾ ਹੈ। ਮਿੱਠੂ ਜ਼ਾਲਿਮ,
ਯਾਰ ਤੁਸੀਂ ਮੈਨੂੰ ਦੱਸੋ, ਕਮੈਂਟ ਕਰਿਆ ਕਰੋ ਕਿ ਇਹਨੂੰ ਮੈਂ ਕਿਸ ਤਰ੍ਹਾਂ ਆਦਤ ਪਾਵਾਂ। ਇੱਦਾਂ ਤਾਂ ਨਹੀਂ ਇਹਨੇ ਮੇਰੇ ਕੋਲ ਲੱਗ ਆਇਆ ਕਰਨਾ। ਮੇਰਾ ਇੱਕ ਦੋਸਤ ਸੀਗਾ, ਇਹਨੂੰ ਕਹਿੰਦਾ ਇੱਕ ਟਾਈਮ ਇਹਨੂੰ ਭੁੱਖਾ ਰੱਖ, ਭੁੱਖਾ ਰੱਖਣ ਤੋਂ ਬਾਅਦ ਇਹਨੂੰ ਰੋਟੀ ਹੱਥ ਨਾਲ ਪਾਏਗਾ ਨਾ ਤਾਂ ਤੇਰੇ ਹੱਥੋਂ ਆ ਕੇ ਫੜੇਗਾ। ਇਸ ਤਰ੍ਹਾਂ ਇਹਨੂੰ ਆਦਤ ਪਾ। ਮੈਂ ਹੁਣ ਭੁੱਖਾ ਨਹੀਂ ਰੱਖ ਸਕਦਾ, ਇਹ ਕੰਮ ਮੇਰੇ ਕੋਲ ਨਹੀਂ ਕੀਤਾ ਜਾਂਦਾ। ਇਹਨੂੰ ਆਦਤ ਪਵੇ ਨਾ ਪਵੇ, ਭੁੱਖਾ ਨਹੀਂ ਮੈਨੂੰ ਰੱਖ ਸਕਦਾ ਵਿਚਾਰੇ ਨੂੰ। ਬੋਲ ਸੁਬਹਾ ਸੁਬਹਾ ਜਿੱਦਾਂ ਟੈਂ ਟੈਂ ਕਰ ਰਿਹਾ ਹੁੰਦਾ ਕੁਛ ਤਾਂ ਬੋਲ। ਸੁਬਹਾ ਸੁਬਹਾ ਜਦੋਂ ਮੈਂ 5-6 ਵਜੇ ਦਾ ਟਾਈਮ ਹੁੰਦਾ ਨਾ, ਉਹੀ ਸੌਣ ਦਾ ਟਾਈਮ ਹੁੰਦਾ ਵਾ, ਉਸ ਟਾਈਮ ਇਹ ਸ਼ੁਰੂ ਹੋ ਜਾਂਦਾ। ਇੰਨਾ ਰੌਲਾ ਪਾਉਂਦਾ ਨਾ, ਸਮਝ ਤੋਂ ਬਾਲਾ ਤਾਰਾ, ਬਹੁਤ ਰੌਲਾ ਪਾਉਂਦਾ। ਅਤੇ ਲੱਗਾ ਵੀ ਇੱਥੇ ਨੁੱਕਰ 'ਚ ਉੱਤੇ ਲੱਗ ਜਾਂਦਾ ਵਾ ਅਤੇ ਇਹਨਾਂ ਨਾਲ ਦੇਖ ਰਿਹਾ ਹੁੰਦਾ, ਆਂਢੀ ਗੁਆਂਢੀ ਨੇ ਨਾ ਦੋਵੇਂ, ਇਹਨਾਂ ਨਾਲ ਹੱਸੀਆਂ ਖੇਡੀਆਂ ਕਰ ਰਿਹਾ ਹੁੰਦਾ। ਇਹ ਨਹੀਂ ਜਵਾਬ ਅੱਗੋਂ ਦਿੰਦੀਆਂ, ਇਕੱਲਾ ਹੀ ਬੋਲੀ ਜਾਂਦਾ। ਇਹਨਾਂ ਨੇ ਆਪਸ 'ਚ ਜਿਹੜੀ ਕੋਈ ਮਾੜੀ ਮੋਟੀ ਕਰਨੀ ਹੁੰਦੀ, ਆਪਸ 'ਚ ਕਿਤੇ ਲੱਗੀਆਂ ਹੁੰਦੀਆਂ ਨੇ, ਇਹਨੂੰ ਨਹੀਂ ਜਵਾਬ ਦਿੰਦੀਆਂ। ਇਹ ਪਤਾ ਨਹੀਂ ਕੀ ਮੰਗਦਾ ਇਹਨਾਂ ਕੋਲੋਂ, ਮੰਗਦੀ ਆ, ਸੋਰੀ ਮੰਗਦਾ ਨਹੀਂ, ਮੰਗਦੀ ਆ। ਬਸ ਇਹ ਇੱਕ ਅੱਧਾ ਦੇਣਾ ਮੈਂ, ਜ਼ਰਾ ਥੋੜ੍ਹਾ ਜਿਹਾ ਟਾਈਮ ਨਿਕਲਦਾ ਨਾ, ਅਤੇ ਇਹਨਾਂ ਦੇ ਪਿੰਜਰੇ ਵੱਡੇ ਕਰ ਦੇਣੇ ਆ, ਛੋਟੇ ਆ, ਅਤੇ ਇਹਨਾਂ ਦੀ ਜਗ੍ਹਾ ਵੀ ਬਦਲਣੀ ਆ, ਪਰਮਾਨੈਂਟ ਇੱਕ ਜਗ੍ਹਾ ਕਰ ਦੇਣੀ ਆ। ਇਹਨਾਂ ਦੀ ਕੋਈ ਜਗ੍ਹਾ ਪਰਮਾਨੈਂਟ ਕਰਾਂਗੇ, ਕਿਉਂਕਿ ਇੱਥੇ ਬੈਠਕ ਦੇ ਵਿੱਚ ਕਿੰਨੀ ਕੁ ਦੇਰ ਮੁੜ ਕੇ ਬੈਠਕ 'ਚੋਂ ਫਿਰ ਗਿੱਠਾਂ ਦੀ ਵੀ ਸਮੈਲ ਆਉਂਦੀ ਆ, ਉੱਤੋਂ ਇਹਨਾਂ ਦੇ ਪਰ ਜਿਹੜੇ ਝਾੜਦੇ ਨੇ ਉਹ ਵੀ ਬੈਠਕ ਦੇ ਵਿੱਚ ਖਿਲ ਰਹੇ ਹੁੰਦੇ ਆ। ਫਿਰ ਪੁਆਇਆ ਗਿਆ ਵੀ ਬੈਠਕ 'ਚ ਬਹਿਣਾ ਹੁੰਦਾ, ਉੱਧਰ ਬਾਹਰ ਗਰਾਜ ਦੇ ਵਿੱਚ ਨਾ ਇਹਨਾਂ ਦੀ ਕੋਈ ਜਗ੍ਹਾ ਸਹੀ ਕਰਦੇ ਹਾਂ। ਉਹ ਸੀੜੀਆਂ ਥੱਲੋਂ ਮੈਂ ਘੜਾ ਕਢਾ ਦੇ ਦੇਵਾਂ ਸਾਰਾ ਕੁਛ, ਉੱਥੇ ਸੀੜੀਆਂ ਥੱਲੇ ਇਹਨਾਂ ਦੀ ਜਗ੍ਹਾ ਬਣਾ ਦਿਆਂ। ਪਰ ਮਸਲਾ ਹੈ ਕਿ ਅਗਰ ਸੀੜੀਆਂ ਥੱਲੇ ਵੀ ਰੱਖ ਦੇਵਾਂ, ਕੀੜਿਆਂ ਨੇ ਪਹੁੰਚ ਜਾਣਾ ਉੱਥੇ, ਅਤੇ ਕੀੜਿਆਂ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਕੀੜੇ ਮਾਰ ਸਪਰੇਅ ਪਾਣੀ ਪਾਣੀ ਆ ਜਾਂ ਦਵਾਈ, ਉਹ ਕੀੜੇ ਮਾਰ ਦਵਾਈ ਵੀ ਮੇਰਾ ਦਿਲ ਨਹੀਂ ਮੁਤਮਿਨ ਹੈ। ਮੈਂ ਕਿਹਾ ਉਹ ਵੀ ਅੱਲਾ ਪਾਕ ਦੇ ਬਣਾਏ ਹੋਏ ਨਿੱਕੇ ਨਿੱਕੇ ਕੀੜੀਆਂ ਮਕੌੜੀਆਂ ਨੇ, ਅਤੇ ਉਹਨਾਂ ਨੂੰ ਵੀ ਮਾਰ ਕੇ ਗਨਾਹ ਲੈਣਾ। ਇਸ ਕਰਕੇ ਮੈਂ ਉਹਨੂੰ ਕਿਹਾ ਸੀਗਾ ਜੇ ਇਹਨਾਂ ਨੂੰ ਇੱਥੇ ਅੰਦਰ ਹੀ ਰੱਖਦੇ ਹਾਂ। ਹੁਣ ਮੈਂ ਯਾਰ ਬੜਾ ਪਰੇਸ਼ਾਨ ਹਾਂ, ਬਾਹਰ ਕੱਢਦਾ ਵਾਂ ਅਤੇ ਬਿੱਲੀ ਤੰਗ ਕਰਦੀ ਆ, ਕੀੜੇ ਚਾੜ ਆਉਂਦੇ ਆ, ਜੇ ਬਿੱਲੀ ਨਾ ਆਵੇ ਤਾਂ ਕੀੜੇ ਆ ਜਾਂਦੇ ਆ, ਜੇ ਕੀੜੇ ਨਾ ਆਉਣ ਤਾਂ ਬਿੱਲੀ ਆ, ਅਤੇ ਇੱਕ ਬਿੱਲਾ ਵਾ ਉਹ ਆ ਜਾਂਦੇ ਆ। ਜੇ ਮੈਂ ਸੀੜੀਆਂ ਥੱਲੇ ਬਣਾ ਕੇ ਅਤੇ ਅੱਗੇ ਇਹਨਾਂ ਦੇ ਉਹ ਜਾਲੀ ਜੀ ਲਵਾ ਦਿੰਦਾ ਵਾਂ, ਉਹ ਬੰਦ ਹੋ ਜਾਏਗਾ, ਉੱਥੇ ਬਿੱਲੀ ਤਾਂ ਨਹੀਂ ਜਾ ਸਕੇਗੀ ਪਰ ਕੀੜਿਆਂ ਨੇ ਪਹੁੰਚ ਜਾਣਾ। ਉਹਨਾਂ ਤੋਂ ਬਚਾਉਣ ਵਾਸਤੇ ਫਿਰ ਉਹਨਾਂ ਨੂੰ ਮਾਰਨਾ ਪੈਣਾ ਵਾ, ਉਹਨਾਂ ਨੂੰ ਮਾਰਨ ਵਾਸਤੇ ਹੁਣ ਉਹਨਾਂ ਨੂੰ ਫਿਰ ਕੀੜੇ ਮਾਰ ਦਵਾਈ ਲਿਆ ਕੇ ਪਾਣੀ ਪਾਣੀ ਆ। ਇਹ ਮੇਰਾ ਦਿਲ ਮੁਤਮਿਨ ਨਹੀਂ ਹੁੰਦਾ ਇਸ ਗੱਲ 'ਤੇ, ਬੜਾ ਪਰੇਸ਼ਾਨ ਆ ਕਿ ਮੈਂ ਹੁਣ ਕੀ ਕਰਾਂ ਇਸ ਮਾਮਲੇ 'ਚ। ਅਤੇ ਠੀਕ ਆ ਫਿਰ ਦੋਸਤੋ, ਅੱਜ ਦੀ ਵੀਡੀਓ ਲਈ ਬਸ ਇੰਨਾ ਹੀ। ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਉ, ਚੈਨਲ ਨੂੰ ਸਬਸਕ੍ਰਾਈਬ ਕਰ ਦਿਉ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।